ਆਮ ਪਾਰਟੀ ਦਾ ਜਿਹੜਾ ਆਪਣੇ ਆਪ ਨੂੰ ਪੰਜਾਬ ਦਾ ਲੀਗਲ ਐਡਵਾਈਜ਼ਰ ਕਹਿੰਦਾ ਹੈ ਉਹ ਆਮ ਪਾਰਟੀ ਦਾ ਉਹ ਬੜਾ ਵੱਡਾ ਕਾਰਗੋਨ ਬਣਿਆ ਉਹਦਾ ਨਾਂ ਹੈ ਧੀਰੇਜ ਵਰਮਾ ਪ੍ਰੇਮਨਗਰ ਮਹਲੇ ਤੇ ਰਹਿੰਦਾ ਹਰਾਨੀ ਉਸ ਵਲੇ ਹੋਈ ਜਿਹੜੀ ਆਮ ਪਾਰਟੀ ਲੋਕਾਂ ਦਾ ਭਰੋਸਾ ਜੱਤਾਂ ਦੀ ਗੱਲ ਕਰਦੀ ਸੀ ਸੂਲਤਾਂ ਦੇ ਆਂਦੀ ਗੱਲ ਕਰਦੀ ਸੀ ਉਹ ਲੋਕਾਂ ਦੇ ਹਿੱਤਾਂ ਦੇ ਡਾਕਾ ਖੁਦ ਮਾਰਨ ਲੱਗ ਪਏ ਔਰ ਡਾਕਾ ਵੀ ਐਡਾ ਵੱਡਾ ਕਿ ਉਹ ਦੇਖਣਾ ਬੇਗਾ ਸੋਚਣਾ ਬੇਗਾ ਆਮ ਜਨਤਾ ਕਿਸ ਤਰ੍ਹਾਂ ਠੱਗੀ ਦਾ ਸ਼ਿਕਾਰ ਕਰ ਰਹੇ ਨੇ ਔਰ ਠੱਗੀ ਵੀ ਕਿਸ ਦੀ ਜਿਹੜੀ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਕਰਨ ਕਵੰਡੀ ਜਾਂਦੀ ਆ ਦੋ ਤਰ੍ਹਾਂ ਦੀ ਕਣਕ ਹੋਈ ਕੇਂਦਰ ਸਰਕਾਰ ਵੱਲੋਂ ਆਦਰਨੀਯ ਪ੍ਰਧਾਨ ਮੰਤਰੀ ਨરેਂਦਰ ਮੋਦੀ ਜੀ ਵੱਲੋਂ ਇੱਕ ਕਰੋਨਾ ਕਾਲ ਚ ਫਰੀ ਕਣਕ ਦਿੱਤੀ ਗਈ ਜਿਹੜੀ ਅੱਜ ਤੱਕ ਜਾਰੀ ਹੈ ਔਰ ਇੱਕ ਦੋ ਰੁਪਏ ਕਿਲੋ ਦੀ ਕਣਕ ਜਿਹੜੀ ਹੈ ਕੇਂਦਰ ਸਰਕਾਰ ਭੇਜਦਾ ਉਹ ਕੇਂਦਰ ਸਰਕਾਰ ਵੱਲੋਂ ਉਹ ਕਣਕ ਜਿਹੜੀ ਹੈ ਲੋਕਾਂ ਗਰੀਬਾਂ ਨੂੰ ਦਿੱਤੀ ਜਾਂਦੀ ਹੈ ਜਿਹਦੇ ਨਾਲ ਉਹ ਆਪਣਾ ਪੇਟ ਭਰ ਸਕਣ ਮੈਂ ਹੈਰਾਨ ਹੋਇਆ ਇਹ ਤੇ ਮਨਜੀਤ ਕੋ ਪਤਨੀ ਸੁਖਦੇਵ ਰਾ ਸੁਖਦੇਵ ਸਿੰਘ ਬਿਮਾਰ ਆਦਮੀ ਲਾਚਾਰ ਆਦਮੀ ਢੜੀ ਲਾਂਦਾ ਰੇੜੀ ਲਾਂਦਾ ਆਪਣੇ ਪਰਿਵਾਰ ਦਾ ਕਿਸ ਤਰ੍ਹਾਂ ਪੇਡ ਪਾਲਦਾ ਹੋਏਗਾ ਉਸ ਦਾ ਇੱਕ ਕਾਰਡ ਜਿਸ ਦਾ ਇਹਦੇ ਵਿੱਚ ਕਾਰਡ ਨੰਬਰ ਦਰਜ ਹੈ ਉਹ ਕਾਰਡ ਨੰਬਰ ਹੈਗਾ 0300 5623 ਸ਼ਾਰਟਿਕ ਲਗਭਗ ਇਹਨਾਂ ਦਾ ਕਹਿਣਾ ਹੈ ਕਿ 8 ਮਹੀਨੇ ਤੋਂ 9 ਮਹੀਨੇ ਤੋਂ ਲਗਭਗ ਇਹ ਫੂਡ ਸਪਲਾਈ ਦੇ ਦਫਤਰ ਧੱਕੇ ਖਾਂਦਿਆ ਹੋ ਗਿਆ ਚੱਕਰ ਮਾਰਦਿਆ ਹੋ ਗਿਆ ਔਰ ਇਸ ਕਰਕੇ ਚੱਕਰ ਮਾਰ ਰਿਹਾ ਵੀ ਇਹਨਾਂ ਨੂੰ ਰਾਸ਼ਨ ਜਿਹੜਾ ਵਾ ਰਾਸ਼ਨ ਨਹੀਂ ਮਿਲ ਰਿਆ ਕਾਰਡ ਐਸੇ ਨੰਬਰ ਦੇ ਉੱਤੇ ਫੂਡ ਸਪਲਾਈ ਦੇ ਅਫਸਰਾਂ ਦੀ ਮਿਲੀ ਭਗਤ ਦੇਖੋ ਫੂਡ ਸਪਲਾਈ ਕਿਸ ਤਰ੍ਹਾਂ ਆਪ ਪਾਰਟੀ ਦੇ ਨਾਲ ਰਲ ਕੇ ਗਰੀਬਾਂ ਦਾ ਰਾਸ਼ਨ ਗਰੀਬਾਂ ਨੂੰ ਦੇਣ ਦੀ بجائے ਖੁਦ ਢਕਾਰ ਮਾਰ ਰਹੇ ਉਹ ਕਾਰਡ ਜਿਹੜਾ ਧੀਰੇਜ ਵਰਮਾ ਜਿਹਦਾ ਮੈਂ ਜ਼ਿਕਰ ਕਰ ਰਿਹਾ ਔਰ ਉਹਦੀ ਮੈਂ ਫੈਮਿਲੀ ਦੀ ਪੰਜ ਲੋਕਾਂ ਦਾ ਜੋ ਕਾਰਡ ਸੀ ਜਿਹੜਾ ਇਹਨਾਂ ਦੀ ਫੈਮਿਲੀ ਪਰਿਵਾਰ ਆ ਉਹ ਵੀ ਪੰਜ ਲੋਕਾਂ ਦਾ ਕਾਰਡ ਬਣਿਆ ਦਾ ਸੀ ਉਹਨੇ ਵੀ ਉਹੋ ਕਾਰਡ ਦਾ ਨੰਬਰ ਲਾ ਕੇ ਪੰਜ ਨੰਬਰ ਪੰਜ ਨਾਵਾਂ ਦਾ ਕਾਰਡ ਜੜਾ ਵਾ ਉਹ ਪੰਜ ਨੇ ਇਹ ਜਿਹੜੇ ਹੱਕਦਾਰ ਨੇ ਉਹ ਇਹ ਪੰਜ ਨੇ ਝੂਠ ਬੋਲ ਕੇ ਉਸ ਨੰਬਰ ਦੇ ਉੱਤੇ 8-9 ਮਹੀਨੇ ਤੋਂ ਰਾਸ਼ਨ ਲੈ ਰਹੇ ਨੇ ਫੂਡ ਸਪਲਾਈ ਦੇ ਅ fırsਰਾਂ ਦੀ ਹਾਲਤ ਦੇਖੋ ਜਿਹੜਾ ਉਹਨਾਂ ਦੀ ਆਈਡੀ ਦਾ ਮੇਜੂਜ਼ ਹੋ ਰਿਹਾ ਸਰਕਾਰ ਦੀ ਦਾ ਅਗਰ ਸਰਕਾਰ ਨੂੰ ਇਹ ਹੋਸ਼ ਨਹੀਂ ਵੀ ਸਾਡੀ ਆਈਡੀ ਦੇ ਉੱਤੇ ਮੇਜੂਜ਼ ਕਰਕੇ ਆਮ ਪਾਰਟੀ ਦੇ ਜਿਹੜੇ ਕਾਰਕੁਨ ਜਾਂ ਲੀਡਰ ਨੇ ਉਹ ਰਾਸ਼ਨ ਲੈ ਰਹੇ ਨੇ ਔਰ ਉਹ ਵਿਅਕਤੀ ਇਹ ਹੋ ਆ ਕਿਉਂਕਿ ਇਹ ਕਹਾਣਾ ਗਿਆ ਗਰੀਬਾਂ ਵਾਸਤੇ ਇਹਨਾਂ ਦਾ ਉਸ ਕਾਰਡ ਦੇ ਉੱਤੇ ਆਯੂਸ਼ਮਾਨ ਕਾਰਡ ਵੀ ਬਣਿਆ ਹੁੰਦਾ ਜਿਹੜੀ ਕੇਂਦਰ ਸਰਕਾਰ ਦੀ ਸਕੀਮ ਹੈ ਅਰਥ ਕੇ ਅੰਦਰ ਸਰਕਾਰ ਦੀ ਸਕੀਮ ਦੇ ਕਾਰਨ ਕੱਲ ਨੂੰ ਅਗਰ ਇਹ ਕਿਤੇ ਗਲਾਈ ਨਾ ਖੁਦਾ ਦੀ ਖਾਸ ਦਾ ਕਰਾਣਾ ਪਵੇ ਤੇ ਇਹਨਾਂ ਨੂੰ ਉਹ ਰਾਸ਼ਨ ਜਿਹੜੀ ਆ ਉਥੋਂ ਹਸਪਤਾਲ ਤੋਂ ਉਹ ਫੈਸਿਲਿਟੀ ਵੀ ਜਿਹੜੀ ਆ ਉਸ ਲਈ ਨਹੀਂ ਮਿਲਨੀ ਜਿਸ ਲਈ ਇਹਨਾਂ ਦੇ ਨਾਮ ਦੇ ਉੱਤੇ ਨੀਲਾ ਕਾਰਡ ਨਹੀਂ ਬੋਲਿਆ ਜਿਹੜਾ BPL ਕਾਰਡ ਔਰ ਇਹ 8-9 ਮਹੀਨੇ ਤੋਂ ਅਫਸਰਾਂ ਨਾਲ ਲੈਣਾ ਲੈਣਾ ਬੇਸ਼ੱਕ ਤੁਸੀਂ ਖੁਦ ਗੱਲ ਕਰ ਲਓ ਇਹਨਾਂ ਨੂੰ ਕੋਈ ਜਵਾਬ ਪ੍ਰਾਪਤ ਨਹੀਂ ਦੇ ਰਹੇ ਅਫਸਰ ਔਰ ਇਹਨਾਂ ਨੇ ਇਹ ਕਾਰ ਦੇ ਉੱਤੇ ਜਿਸ ਬੰਦੇ ਦੀ ਵਿਅਕਤੀ ਦੀ ਗੱਲ ਕਰ ਰਿਆਂ ਇਹਦੀ ਇੱਕ ਦੇ ਵਰਮਾਸ ਕੋਟੀ ਦੀ ਵਰਮਾਸ ਕੋਟੀ ਇੱਕ ਵਰਮਾ ਟੈਲੀਕਮ ਟੈਲੀਕਮ ਔਰ ਉਹ ਕਹਿਣ ਨੂੰ ਤੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਇਨਕਮ ਟੈਕਸ ਪਈਆਂ ਦਿੰਦੇ ਆ ਕਿ ਨਹੀਂ ਦਿੰਦੇ ਇਹ ਪਰਿਵਾਰ ਹੀ ਦੱਸੂਗਾ ਕੀ ਕਰਦੇ ਨੇ ਕਾਰ ਕੋਲ ਹਰ ਘਰ 'ਚ ਜੋ ਫੈਸਿਲਿਟੀ ਆ ਹਰ ਘਰ 'ਚ ਸੁਹੂਲਤ ਆ ਔਰ ਇਹਨਾਂ ਦੇ ਗਰੀਬਾਂ ਦੇ ਘਰ 'ਚ ਜਾ ਕੇ ਆਪ ਤੁਸੀਂ ਜਾ ਕੇ ਝਾਤੀ ਮਾਰ ਲਓ ਕਿ ਇਹਨਾਂ ਦੀ ਹਾਲਤ ਕੀ ਆ ਉਹ ਇਸ ਕਰਕੇ ਸਾਬਤ ਹੁੰਦਾ ਬੇਈਮਾਨ ਕੱਟਰ ਜਿਹੜੀ ਸਰਕਾਰ ਹੈ ਜਿਹੜੀ ਸਰਦਾਰ ਸ਼ਹੀਦ ਭਗਤ ਸਿੰਘ ਨੂੰ ਕਹਿੰਦੀ ਆ ਵੀ ਸਾਡਾ ਆਦਰਸ਼ ਆ ਉਹ ਸਰਦਾਰ ਸ਼ਹੀਦ ਭਗਤ ਸਿੰਘ ਦੇ ਦਰਸ਼ਨਾਂ ਦੀ ਗਲਤ ਤੇ ਕਰਦੀ ਆ ਪਰ ਗਰੀਬਾਂ ਦੇ ਹਿੱਤਾਂ ਦੇ ਡਾਕਾ ਮਾਰਦੀ ਬਈ ਮੈਂ ਇਹ ਜਾਣਨਾ ਚਾਹੁੰਦਾ ਕਿ ਉਹ ਕਿਸ ਤਰੀਕੇ ਦੇ ਨਾਲ ਕਿਦੀ ਮਿਲੀ ਭਗਤ ਦੇ ਨਾਲ ਕਿਸ ਤਰੀਕੇ ਦੇ ਨਾਲ ਆਈ ਈ ਜਿਹੜੀ ਆ ਆਮ ਤੋਹੀ ਵੀ ਜਾਣਦੇ ਹੋ ਕਿ ਕੋਈ ਕਾਰਡ ਢੇਲਾ ਬਣਵਾਣ ਜਾਏ ਤੇ ਉਹਨੂੰ ਕਿਹਾ ਜਾਂਦਾ ਸਾਈਡ ਬੰਦ ਆ ਔਰ ਸਾਈਡ ਗਵਰਨਮੈਂਟ ਨੇ ਬੰਦ ਕੀਤੀ ਐ ਸਾਈਡ ਨਹੀਂ ਖੁੱਲੀ ਤੇ ਇਹ ਸਾਈਡ ਜਿਹੜੀ ਆ ਉਹ ਕਿਸ ਤਰ੍ਹਾਂ ਖੁੱਲੀ ਤੇ ਕਿਸ ਤਰ੍ਹਾਂ ਆਈਡੀ ਚੋਰੀ ਹੋਈ ਕਿਸ ਤਰ੍ਹਾਂ ਆਈਡੀ ਹੈਕ ਹੋਈ ਕਿਸ ਤਰ੍ਹਾਂ ਬਣੀ ਉਹਨਾਂ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਆ ਡੀਸੀ ਸਾਹਿਬ ਤੋਂ ਮੰਗ ਕਰਦੇ ਆ ਐਸਡੀਐਮ ਸਾਹਿਬ ਤੋਂ ਮੰਗ ਕਰਦੇ ਆ ਤੁਰੰਤ ਹੋਣੀ ਚਾਹੀਦੀ ਔਰ ਸਰਕਾਰ ਐਸੇ ਦੋਸ਼ੀਆਂ ਨੂੰ ਪਰਚਾ ਕਰੇ ਔਰ ਇਹਨਾਂ ਨੂੰ ਜਿਹੜੀ ਹੈ ਬੰਦੀ ਸਜ਼ਾ ਜਿਹੜੀ ਹੈ ਕਾਨੂੰਨ ਦੇ ਅਨਸਾਰ ਦਿੱਤੀ ਜਾਂਦੀ ਕਦੋਂ ਕਦਿਆਂ ਕਾਰ ਤੜਾ ਮੈਨੂੰ 2 ਸਾਲ ਪਹਿਲਾਂ ਹੋ ਗਿਆ ਉਹਨੇ ਬਣੀ ਹਾਂਜੀ 2 ਸਾਲ ਲਾਲੂ ਬਣੀ ਹੋ ਗਿਆ ਹਣਾ ਸਾਲ ਆਹੋ 2 ਸਾਲ ਕਿੰਨੇ ਸਮਾਂ ਹੋ ਗਿਆ ਓਏ 7-8 ਮਹੀਨੇ ਹੋ ਹੀ ਗਏ ਆ ਅਮਰੀਕਾ ਨਿਕ ਮਿਲੀਆਂ ਨਹੀਂ ਤੇ ਕਨਕ ਜੋ ਨਹੀਂ ਮਿਲਦੀ ਮੁਰਕੇ ਚਲ ਜੀਦਾ ਇਹ ਤਾਂ ਇਦਾਂ ਹੀ ਮੈਕਮੇ ਵਾਲੇ ਇਧਰ ਆਏ ਆ ਸਾਹਤੀ ਨਗਰ ਵੰਦਨ ਕੇ ਉਚੀਤਾ ਵੀ ਸਾਡਾ ਕਾਰਡ ਮਤਲਬ ਹਨ ਕਨਕਰੀ ਮੰਡੀ ਸਾਡਾ ਕਾਰਡ ਕਿਦਾਂ ਕਟਿਆ ਗਿਆ ਤੋ ਉਹ ਕਹਿੰਦੇ ਉਹ ਪਿਸੋਂ ਹੀ ਕਟਿਆ ਗਿਆ ਪਿਸੋਂ ਸਰਕਾਰ ਨੇ ਕੱਟ ਛੜਿਆ ਹਾਂਜੀ ਫਿਰ ਕਿਦਾਂ ਪਤਾ ਲੱਗਾ ਕਿ ਧੀ ਰਈ ਵਰਮੇ ਨੇ ਬਣਾਇਆ ਕਾਰਡ ਹਾਂਜੀ ਉਮਰ ਜੀ ਤਾਂ ਲਗਾ ਕੇ ਇੱਦਾਂ ਬਣਾਇਆ ਕਾਰਡ ਹਾਂਜੀ ਉਮਰ ਕਿ ਉਹ ਨਹੀਂ ਭਾਜੀ ਨੇ ਗੱਲ ਕੀਤੀ ਆਪਾਂ ਤੇ ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਫਿਰ ਪੁੱਛ ਗੱਲ ਕੀਤੀ ਜੀ ਤੇ ਉਹਨਾਂ ਨੇ ਕੱਢਿਆ ਫਿਰ ਨੰਬਰ ਸਾਡਾ ਵੀ ਉਹ ਉੱਧਰ ਚੱਲਣ ਦਾ ਸਾਡਾ ਨੰਬਰ ਤੇ ਇਹੋ ਜਿਹੇ ਲੋਕਾਂ ਨੂੰ ਵੀ ਕਹਿੰਦੇ ਹਾਂਜੀ ਇਹੋ ਜਿਹੇ ਲੋਕਾਂ ਨੂੰ ਵੀ ਕਹਿੰਦੇ ਜਿਹੜੇ ਗਰੀਬ ਲੋਕਾਂ ਦਾ ਹੱਕ ਖਾਂਦੇ ਨੇ ਹਾਂਜੀ ਕੀ ਕਹਿੰਦੇ ਹੋ ਕਹਿਣਾ ਕਿ ਚੋਰ ਹੀ ਕਹਿਣਾ ਫਿਰ ਉਹਨਾਂ ਨੂੰ ਹੋਰ ਕੀ ਕਹਿਣਾ ਆਪਾਂ ਦੇਖੋ ਤੁਹਾਡੇ ਫੋਨ ਕਰਨ ਤੋਂ ਬਾਅਦ ਮੈਂ ਆਪਣਾ ਵੈਰੀਫਾਈ ਕੀਤਾ ਜਦ ਕਾਲੀ ਐਮਸੀ ਸਾਹਿਬ ਦਾ ਐਮਸੀ ਜਦ ਲੜਿਆ ਸੀ ਇਲੈਕਸ਼ਨ ਉਸ ਟਾਈਮ ਦੇ ਉੱਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਪੁੱਛਿਆ ਕਿ ਕੀ ਗੱਲ ਬਾਤ ਹੋਈ ਕਾਲੀ ਐਮਸੀ ਉਹਨਾਂ ਦੇ ਘਰ ਆਇਆ ਸੀ ਹਡੇ ਫਾਦਰ ਸਾਹਿਬ ਕੋ ਧਾਰ ਕੱਢ ਲੈ ਗਿਆ ਸੀ ਫਾਦਰ ਸਾਹਿਬ ਦਾ ਪੂਰੀ ਫੈਮਿਲੀ ਦਾ ਮੇਰਾ ਧਾਰ ਕੱਢ ਨਹੀਂ ਸੀ ਦਿੱਤਾ ਉਹਨਾਂ ਨੇ ਠੀਕ ਹੈ ਜੀ ਗੱਲ ਆਧਾਰ ਕਾਰਡ ਲੈ ਕੇ ਗਿਆ ਸੀ ਤੁਹਾਡਾ ਰਾਸ਼ਨ ਕਾਰਡ ਬਣਾ ਦਿੰਦੇ ਆ ਅਸੀਂ ਤੁਸੀਂ ਹੈਂਡ ਟੂ ਮਾਊਥ ਜੇ ਆਮਦਨ ਵੱਧ ਨਹੀਂ ਹੈਗੀ ਤੁਹਾਡੀ ਕਾਲੀ ਐਮਸੀ ਦੀ ਬਿਲਡਿੰਗ ਸੀ ਘਰ ਕਹਿ ਕੇ ਗਿਆ ਜੋ ਮੈਨੂੰ ਵੈਰੀਫਾਈ ਕੀਤਾ ਮੈਂ ਆਪਣੇ ਫਾਦਰ ਸਾਹਿਬ ਕੋ ਮੇਰਾ ਆਧਾਰ ਕਾਰਡ ਨਹੀਂ ਸੀ ਦਿੱਤਾ ਕੋਈ ਵੀ ਕਿਉਂਕਿ ਮੈਂ ਪ੍ਰੈਕਟੀਕਲ ਬੰਦਾ ਮੈਂ ਇਸ ਕਰਕੇ ਆਪਣਾ ਆਧਾਰ ਕਾਰਡ ਨਾ ਮਿਲਣਾ ਗੱਲ ਹੋਈ ਨਾ ਮਿਲਣਾ ਗੱਲਬਾਤ ਹੋਈ ਕੋਈ ਇਸ ਤਰ੍ਹਾਂ ਦੀ ਨਾ ਮੇਰੇ ਫਾਦਰ ਸਾਹਿਬ ਨੇ ਦਿੱਤਾ ਮੈਨੂੰ ਫੋਨ ਜੂਰ ਆਇਆ ਸੀ ਕਿਦਾਂ ਨਾ ਆਧਾਰ ਕਾਰਡ ਬਣਾਉਂਗਾ ਤੂੰ ਆਪਣਾ ਬਣਾ ਲਓ ਬਣਾਣਾ ਤੇ ਮੇਰਾ ਨਾ ਬਣਾਇਓ ਮੈਂ ਨਹੀਂ ਬਣਾਉਣਾ ਚਾਹੁੰਦਾ ਤੇ ਹੁਣ ਕਾਲੀ ਐਮਸੀ ਰੋਪ ਲਾ ਰਿਹਾ ਕਾਲੀ ਐਮਸੀ ਬਣਾ ਕੇ ਤੇ ਕਾਲੀ ਐਮਸੀ ਸਾਡੇ ਦੇ ਨੋ ਭਲਾ ਰਿਆ ਤੇ ਕਾਲੀ ਜਵਾਬ ਦੇਗਾ ਕਿ ਕਾਲੀ ਐਮਸੀ ਨੇ ਬਣਾਇਆ ਕਿਉਂ ਆਪ ਹੀ ਬਣਾ ਕੇ ਐਮਸੀ ਦੇ ਲਾਲਚ ਵਿੱਚ ਵੋਟਾਂ ਦੇ ਲਾਲਚ ਆ ਕੇ ਆਪ ਹੀ ਬਣਾ ਕੇ ਕਿਦਾਂ ਕਟਾਇਆ ਕਿਦਾਂ ਨਹੀਂ ਕਟਾਇਆ ਮੇਰਾ ਅਜ ਤੱਕ ਕਿਤੇ ਸੈਂਦ ਦੱਸ ਦਿਓ ਮੇਰੇ ਸੈਂਦ ਹੋਏ ਹੁਣ ਮੇਰਾ ਕਿਤੇ ਆਧਾਰ ਕਾਰਡ ਦਿੱਤਾ ਹੋਏ ਨਹੀਂ ਨਹੀਂ ਥੋੜਾ ਡਾਊਟ ਤੁਹਾਨੂੰ ਕਲੀਅਰ ਹੋ ਗਿਆ ਮੈਂ ਕਰ ਦਣਾ ਤੁਸੀਂ ਕਹਿ ਰਹੇ ਹੋ ਕਿ ਕਿਸੇ ਪਾਰਟੀ ਦਾ ਕੱਟ ਕੇ ਤੇ ਸਾਡਾ ਘੜ ਬਣਿਆ ਇਹ ਕਾਲੀ ਐਮਸੀ ਬਣਾਉਣ ਵਾਲਾ ਤੇ ਕਾਲੀ ਐਮਸੀ ਕਟਾਉਣ ਵਾਲਾ ਤੁਹਾਡੀ ਲੋਡਬੰਦ ਹੈਗੀ ਉਹ ਬੀਪੀਐਲ ਦੇ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਜੀ ਫੈਮਲੀ ਦੀ ਗੱਲ ਕਰ ਰਿਹਾ ਮੈਂ ਫੈਮਲੀ ਫੈਮਲੀ ਜਵਾਬ ਦੇਗੀ ਮੇਰਾ ਕੋਈ ਜਵਾਬ ਨਹੀਂ ਜੀ ਲਾਕਿ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਨੰਬਰ 1 ਇਹਨੂੰ ਮੈਂ ਪੋਰਟਲ ਨੂੰ ਨਹੀਂ ਮੰਨਦਾ ਜੀ ਤੁਸੀਂ ਆਫੀਸ਼ੀਅਲੀ ਪੋਰਟਲ ਵੈਬਸਾਈਟ ਤੇ ਜਾਓ ਮੇਰੇ ਕੋਲ ਪੋਰਟਲ ਆ ਗਿਆ ਮੈਂ ਆਪਣਾ ਵੈਰੀਫਾਈ ਕਰ ਲਿਆ ਠੀਕ ਹੈ ਜੀ ਗੱਲ ਮੈਂ ਤੁਹਾਨੂੰ ਪ੍ਰੂਫ ਦੇ ਦਿੰਦਾ ਵਿਦ ਪ੍ਰੂਫ ਮੇਰਾ ਨਾਮ ਨਹੀਂ ਹੈਗਾ ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਮੈਨੂੰ ਪੋਰਟਲ ਦਿਖਾ ਦਿਓ ਸਰਕਾਰੀ ਪੋਰਟਲ ਉੱਤੇ ਕੀ ਕਿਸੇ ਕੋ ਤੁਹਾਡੇ ਕੋ ਕਿਸੇ ਸਰਕਾਰੀ ਪੋਰਟਲ ਦਾ ਸਰਕਾਰੀ ਅਫਸਰ ਦਾ ਕਿਸਦਾ ਨੰਬਰ ਹੈਗਾ ਉਹਨੇ ਫੋਨ ਕਰਕੇ ਪੁੱਛੋ ਧੀਰੇ ਵਰਮਾ ਆਧਾਰ ਕੱਢ ਦਿਨਾ ਮੈਂ ਪੁੱਛੋ ਕਿ ਧੀਰੇ ਵਰਮਾ ਦਾ ਨਾਮ ਆਨਲਾਈਨ ਚੜਿਆ ਇਸ ਟਾਈਮ ਇਹ ਤੁਸੀਂ ਕਨਫਰਮ ਕਰ ਸਕਦੇ ਹੋ ਸਰ ਪਹਿਲੀ ਗੱਲ ਤੇ ਮੇਰੇ ਕੋ ਕੋਈ ਅਥੋਰਟੀ ਕੋਈ ਨਹੀਂ ਆਧਾਰ ਕੱਢ ਬਣਾਉਂਦੀ ਨਾ ਮੇਰੀ ਸਰਕਾਰ ਸੀ ਨਾ ਮੇਰੀ ਕੋ ਅਥੋਰਟੀ ਕਾਲੀ ਐਮਸੀ ਲਖਣ 21 ਦੇ ਵਿੱਚ 22 ਦੇ ਵਿੱਚ ਸਰਕਾਰ ਆਈ ਹੈ ਉਸ ਟਾਈਮ ਤੇ ਮੇਰੇ ਕੋ ਕਿਹੜੀ ਪਾਵਰ ਸੀ ਜਿਹੜੀ ਮੇਰੇ ਕੋਲ ਹੁਣ ਪਾਵਰ ਹੈ ਜਿਹੜੀ ਮੈਂ ਪੋਰਟਲ 'ਚ ਜਾ ਕੇ ਕੁਝ ਕਰ ਸਕਦੇ ਕਿ ਸਭ ਤੋਂ ਪਹਿਲੇ ਤੇ ਸ਼ਰਤਾਂ ਜਿਹੜੀਆਂ ਹੁੰਦੀਆਂ ਨੇ ਉਹ ਐਸਪਰ ਲਾਹ ਜਿਹੜੀਆਂ ਹੁੰਦੀਆਂ ਨੇ ਕਿ ਆਮਦਨਵਾਦੀ ਨਹੀਂ ਹੋਣੀ ਚਾਹੀਦੀ ਸਰਕਾਰੀ ਨੌਕਰੀ ਨਹੀਂ ਹੋਣੀ ਚਾਹੀਦੀ ਹਾਂਜੀ 1.5 ਲੱਖ ਰੁਪਈਆ ਠੀਕ ਹੈ ਜੀ ਗੱਲ ਤੁਸੀਂ ਮੇਰੀ ਗੱਲ ਕਰੋਗੇ ਮੇਰਾ ਆਧਾਰ ਕਾਰਡ ਹੈਗਾ ਮੇਰਾ ਰਾਸ਼ਨ ਕਾਰਡ ਬਣਿਆ ਮੈਨੂੰ ਦੱਸੋ ਮੇਰਾ ਅੰਗੂਠਾ ਕਿਤੇ ਲੱਗਾ ਦੱਸੋ ਮੇਰੇ ਸਿਗਨੇਚਰ ਕਿਤੇ ਹੋਏ ਆ ਦੱਸੋ ਮੈਂ ਕੋਈ ਫਾਰਮ ਭਰਿਆ ਕੋਈ ਦੱਸੋ ਸਰਫਾਜ਼ ਸਾਹਿਬ ਸਰਫਾਜ਼ ਸਾਹਿਬ ਇੰਡੀਪੈਂਡੈਂਟ ਨੇ ਜੋ ਮਰਜ਼ੀ ਕਰ ਸਕਦੇ ਨੇ ਆਜ਼ਾਦ ਭਰਦੇ ਵਿੱਚ ਅਸੀਂ ਉਹਨਾਂ ਸਰ ਬਖਰੀ ਨਾ ਦੇ ਫੈਮਲੀ ਜਿੱਦਾਂ ਮਰਜੀ ਹੋਏ ਮਾਪਿਓ ਜਿੱਥੇ ਮਰਜੀ ਨਾ ਉਹਾ ਪੇ ਬੱਚੇ ਰੋਦੀ ਰਹਿੰਦੇ ਨੇ ਉਹਨਾਂ ਦਾ ਕੋਈ ਬਾਦ ਆਮਦਨ ਦਾ ਸਰਟੀਫਿਕੇਟ ਹੈਗਾ ਕੋਈ ਦੱਸੋ ਮੈਂ ਇਸ ਤੋਂ ਉੱਤੇ ਇਸ ਟੋਪਿਕ ਦੇ ਉੱਤੇ ਮੈਂ ਕਾਲੀ ਐਮਸੀ ਦੇ ਉੱਤੇ ਮਾਨ ਨੀ ਦਾ ਕੇਸ ਕਰਾਂਗਾ ਕਾਲੀ ਐਮਸੀ ਡੇ ਘਰ ਆਇਆ ਕਾਲੀ ਐਫਸੀ ਨੇ ਆ ਕੇ ਸਾਡੇ ਘਰ ਆ ਕੇ ਫਾਜ਼ਲ ਸਾਹਿਬ ਕੋ ਲਿਆ ਮੈਂ ਐਸੇ ਇਮੀਡੀਏਟਲੀ ਮੈਂ ਵਕੀਲ ਕਰਕੇ ਮੈਂ ਆਪ ਪੇਪਰ ਵੀ ਨਾ ਕੋਰਟ ਦੇ ਵਿੱਚ ਠੀਕ ਜੀ ਗੱਲ ਮੈਂ ਇਮੀਡੀਏਟਲੀ ਕੱਲ ਕਾਲੀ ਐਮਸੀ ਦੇ ਮਾਨ ਨੀ ਦਾ ਕੇਸ ਕਰਾਂਗਾ ਕਿ ਕਾਲੀ ਐਮਸੀ ਨੇ ਕਟਾ ਕੇ ਮੇਰਾ ਕਾਹ ਦਾਰ ਕਿੰਨੇ ਦਿੱਤਾ ਤੇ ਕਿਨੇ ਪਾਇਆ ਇਹ ਕ